ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਜੋ ਕਿ ਕਰੋਨਾ ਦੀ ਦਹਿਸ਼ਤ ਸਾਫ਼ ਦਿਖਣ ਦੇ ਵਿੱਚ ਨਜ਼ਰ ਆ ਰਹੀ ਹੈ, ਪੰਜਾਬ ਸਰਕਾਰ ਨੇ ਅੱਜ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਅੰਦਰ ਜਿਹੜੀਆਂ ਸਰਕਾਰੀ ਅਤੇ ਪ੍ਰਾਈਵੇਟ ਜਿਹੜੀਆਂ ਬੱਸਾਂ ਚੱਲਦੀਆਂ ਸੀ ਉਹਨਾਂ 'ਤੇ ਮੁਕੰਮਲ ਤੌਰ 'ਤੇ ਕੱਲ੍ਹ ਤੋਂ ਆਉਣ ਵਾਲੇ ਹੁਕਮਾਂ ਤੱਕ ਪਾਬੰਦੀ ਲਾਉਣ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ। ਇਸੇ ਤਰ੍ਹਾਂ ਹੀ ਜਿਹੜੇ ਆਟੋ ਰਿਕਸ਼ਾ ਵਗੈਰਾ ਉਹ ਵੀ ਕੱਲ੍ਹ ਤੋਂ ਬੰਦ ਕਰ ਦਿੱਤੇ ਜਾਣਗੇ। ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੰਦਰ ਦੇ ਜਿਹੜੇ ਹਾਲਾਤ ਤੁਹਾਨੂੰ ਦਿਖਾਉਣਗੇ। ਬਿਲਕੁਲ ਜਿਹੜਾ ਸਨਾਟਾ ਛਾਇਆ, ਪੂਰਾ ਬੱਸ ਸਟੈਂਡ ਜਿਹੜਾ ਖਾਲੀ ਹੈ। ਸੋ ਕੈਮਰਾਮੈਨ ਨੂੰ ਕਹਾਂਗਾ ਕਿ ਆ ਕੇ ਜਿਹੜਾ ਮਾਹੌਲ ਉਹ ਦਿਖਾਉਣ। ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਜਿਹੜਾ ਬੱਸ ਸਟੈਂਡ ਦੇ ਵਿੱਚ ਸਨਾਟਾ ਛਾਇਆ। ਟੀਐਮ ਦੇ ਦੱਸਣ ਮੁਤਾਬਕ ਜਿਹੜੀਆਂ ਬੱਸਾਂ ਸੂਬੇ ਤੋਂ ਬਾਹਰ ਅੱਜ ਇਹਨਾਂ ਨੇ ਜੰਮੂ ਬੱਸ ਭੇਜੀ ਸੀ, ਉਹ ਵੀ ਲਖਨਪੁਰ ਬਾਰਡਰ ਤੋਂ ਜਿਹੜੀ ਆ ਰੋਕ ਲਈ ਗਈ ਸੀ, ਉੱਥੋਂ ਵਾਪਸ ਆ ਰਹੀ ਹੈ। ਸੋ ਇਸੇ ਤਰ੍ਹਾਂ ਕੱਲ੍ਹ ਜਿਹੜਾ ਮੁਕੰਮਲ ਤੌਰ 'ਤੇ ਬੱਸਾਂ ਜਿਹੜੀਆਂ ਉਹਨਾਂ ਨੂੰ ਬੰਦ ਕਰ ਦਿੱਤਾ ਜਾਊਗਾ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੂਰਾ ਜਿਹੜਾ ਬੱਸ ਸਟੈਂਡ ਦੇ ਉੱਪਰ ਸਨਾਟਾ ਛਾਇਆ ਹੋਇਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਹੜਾ ਅੱਜ ਪੂਰੀ ਦੁਨੀਆ ਦੇ ਵਿੱਚ ਕਰੋਨਾ ਦੇ ਕਾਰਨ ਪੂਰਾ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ, ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਆ, ਤੁਸੀਂ ਕੀ ਸਮਝਦੇ ਹੋ? ਕਿਉਂਕਿ ਮਾਰਕੀਟ ਦੇ ਵਿੱਚ ਤੁਸੀਂ ਬੈਠੇ ਹੋ, ਕਿਸ ਤਰ੍ਹਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ? ਮਾਹੌਲ ਤਾਂ ਵੇਖੋ ਜੀ, ਪਹਿਲਾਂ ਮੰਦੀ, ਵੈਸੇ ਹੀ ਆਰਥਿਕ ਮੰਦੀ ਬਹੁਤ ਜ਼ਿਆਦਾ ਖਰਾਬ ਕੀਤਾ ਪਿਆ ਪਹਿਲਾਂ ਹੀ, ਅਤੇ ਜੇ ਹੁਣ ਮੰਡੀਆਂ ਬੰਦ, ਬੱਸਾਂ ਬੰਦ, ਅਤੇ ਫਿਰ ਤਾਂ ਕੰਮ ਦਾ ਭੱਠਾ ਬਹਿ ਜੂਗਾ ਇਦੋਂ। ਬਿਲਕੁਲ, ਜਿੱਦਾਂ ਅਸੀਂ ਦੇਖਿਆ ਕਿ ਮੰਡੀਆਂ ਦੇ ਵਿੱਚ ਵੀ ਅੱਜ ਸਰਕਾਰ ਨੇ ਜਿਹੜਾ ਕੱਲ੍ਹ ਤੋਂ ਬੱਸਾਂ, ਟੈਂਪੂ ਆਦਿ ਵੀ ਬੰਦ ਕਰਨ ਦੀ ਜਿਹੜੀ ਹਦਾਇਤਾਂ ਕੀਤੀਆਂ ਹਨ। ਸੋ ਕੀ ਸਮਝਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਹੋਣਗੇ? ਹਾਲਾਤ ਤਾਂ ਇਹੋ ਜੀ, ਮੌਤ ਤੋਂ ਪਹਿਲਾਂ ਮਰਨ ਵਾਲੀ ਗੱਲ ਬਣ ਜਾਣੀ ਉਸ 'ਚ ਹੋਣੀ। ਠੀਕ ਹੈ, ਜਿਸ ਤਰ੍ਹਾਂ ਕੈਨੇਡਾ ਅਤੇ ਅਮੈਰੀਕਾ ਦੇ ਜਿਹੜੇ ਸਰਕਾਰਾਂ ਵਾ, ਉਹਨਾਂ ਨੇ ਇੱਕ ਕਾਫ਼ੀ ਜਿਹੜਾ ਵੱਡਾ ਪੈਕੇਜ ਜਿਹੜਾ ਆਪਣੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਮਤਲਬ ਕਿਹਾ ਵਾ ਕਿ ਜਿੰਨੇ ਬਿਜ਼ਨਸਮੈਨ ਆ ਜਾਂ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦੀ ਸਹਾਇਤਾ ਕੀਤੀ ਜਾਊਗੀ। ਕੋਈ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਕੋਈ ਇਹੋ ਜਿਹਾ? ਨਹੀਂ, ਹਜੇ ਤੱਕ ਕੁਛ ਨਹੀਂ ਸੁਣਿਆ। ਠੀਕ ਹੈ ਜੀ। ਸੋ ਕਾਰੋਬਾਰਾਂ ਦੇ ਕੀ ਹਾਲਾਤ ਆ ਜੀ? ਕਾਰੋਬਾਰ ਬਹੁਤ ਮੰਦਾ ਹੈ। ਠੀਕ ਹੈ, ਜਦੋਂ ਕੋਈ ਆਊਗਾ ਨਹੀਂ ਜਾਊਗਾ ਨਹੀਂ, ਕਾਰੋਬਾਰ ਕਾਹਦੇ ਨਾਲ ਚੱਲੂਗਾ? ਬਿਲਕੁਲ ਠੀਕ ਹੈ। ਵੈਸੇ ਵਾਰ ਖਾਲਸਾ ਫਤਿਹ ਜੀ। ਖਾਲਸਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਅੱਜ ਅਸੀਂ ਜਿਵੇਂ ਪੂਰੇ ਵਰਲਡ ਵਿੱਚ ਕਰੋਨਾ ਔਰ ਮਾਰਕੀਟ 'ਚ ਇਸਦੀ ਕਿੰਨੀ ਕੁ ਮੰਦੀ, ਉਸ ਬਾਰੇ ਅਸੀਂ ਦੁਕਾਨਦਾਰਾਂ ਤੋਂ ਜਾਣਕਾਰੀ ਲਵਾਂਗੇ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਜਿਹੜਾ ਕਰੋਨਾ ਦੀ ਦਹਿਸ਼ਤ ਪੂਰੇ ਵਰਲਡ ਵਿੱਚ ਆਈ ਹੋਈ ਹੈ, ਇਹਦੇ ਤੋਂ ਕਿੰਨਾ ਕੁ ਅਸਰ ਤੁਹਾਨੂੰ ਲੱਗਦਾ ਇਸ ਮਾਰਕੀਟ? ਮਾਰਕੀਟ 'ਚ ਕਰੋਨਾ ਪਤਾ ਨਹੀਂ ਪੰਜਾਬ 'ਚ ਜੇ ਆਇਆ ਕਿ ਨਹੀਂ ਆਇਆ, ਲੇਕਿਨ ਲੋਕਾਂ ਦੇ ਡਰ ਬਹੁਤ ਜ਼ਿਆਦਾ ਰਿਹਾ, ਮਾਰਕੀਟ 'ਚ ਮੰਦਾ ਬਹੁਤ ਜ਼ਿਆਦਾ ਚੱਲ ਰਿਹਾ। ਤੁਹਾਨੂੰ ਲੱਗਦਾ ਕਿ ਮੇਰੀ ਸਰਕਾਰ ਇਸ ਬਾਰੇ ਕੋਈ ਹੱਥ ਨਹੀਂ ਦਿੰਦਾ? ਇੱਕ ਫੈਮਲੀ ਹੈ, ਬਿਮਾਰੀ ਨਾਲ ਤਾਂ ਲੋਕ ਨਹੀਂ ਮਾਰੇ, ਪਰ ਅਸੀਂ ਬੜੇ ਦੁਕਾਨਦਾਰ ਨਾਲ ਗੱਲ ਕੀਤੀ, ਸਾਹ ਹੀ ਨਹੀਂ ਜਾਂਦਾ ਮਾਰਕੀਟ 'ਚ, ਡਰ ਨਹੀਂ ਹੈਗਾ ਜੇ ਕਰੋਨਾ ਆਵੇ ਨਾ ਆਵੇ, ਲੇਕਿਨ ਮਾਰਕੀਟ 'ਚ ਜੋ ਐਸੇ ਹਾਲਾਤ ਹੈ ਮੰਦੀ ਦੇ ਕਾਰਨ, ਕਾਫੀ ਡਰ ਲੋਕਾਂ ਦਾ ਬਣ ਗਿਆ, ਲੋਕਾਂ ਦੇ ਮਰਨ ਵਾਲਾ ਕੰਮ ਬਣ ਚੁੱਕਾ, ਦੁਕਾਨਾਂ ਮਾੜੇ, ਦੁਕਾਨਦਾਰ ਦਾ ਕੋਈ ਹਾਲ ਨਹੀਂ। ਜਿਸ ਤਰ੍ਹਾਂ ਕੱਲ੍ਹ ਤੋਂ ਬੱਸ ਆਟੋ ਵੀ ਜਿਹੜੇ ਬੰਦ ਕੀਤੇ ਗਏ,
ਕੱਲ ਤੋਂ ਬੱਸ ਤੇ ਆਟੋ ਵੀ ਸਰਕਾਰ ਕਹਿੰਦੀ ਬੰਦ ਔਰ ਦਿੱਲੀ ਵੀ ਜਾਣੀਆਂ ਪਲੱਸ ਰੇਲਾਂ ਵੀ ਬੰਦ। ਹਾਂਜੀ ਇਹਦੇ ਵਿੱਚ ਹੀ ਸਭ ਤੋਂ ਜ਼ਿਆਦਾ ਮਾੜਾ ਅਸਰ ਪਏਗਾ ਦੁਕਾਨਦਾਰਾਂ ਦੀ, ਜਿਨ੍ਹਾਂ ਦਾ ਬਿਜ਼ਨਸ ਰੋਜ਼ ਤਾਜ਼ਾ ਖਾਣਾ ਤਾਜ਼ਾ ਕਮਾਉਣਾ, ਉਹਨਾਂ ਵਾਸਤੇ ਬਹੁਤ ਮਾੜਾ ਹਾਲ। ਇਹ ਹਾਂਜੀ ਕਹਿ ਰਹੇ ਸਨ ਕਿ ਜਿਵੇਂ ਤਾਜ਼ਾ ਕਰਨਾ ਤਾਜ਼ਾ ਖਾਣਾ, ਅਸੀਂ ਕਿੰਨੇ ਦਿਨਾਂ ਤੋਂ ਇਹੀ ਚਰਚਾ ਕਰ ਰਹੇ ਕਿ ਜਿਹੜੀ ਕਰੋਨਾ ਦੀ ਬਿਮਾਰੀ ਨੂੰ ਇੰਨਾ ਵੱਡਾ ਦਹਿਸ਼ਤ ਫੈਲਾ ਦਿੱਤੀ, ਉਸ ਦੇ ਨਾਲ ਇਹੀ ਹੋਊਗਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਆਰਥਿਕ ਮੰਦੀ ਉਹ ਹੋਰ ਹਾਲਾਤ ਮਾੜੇ ਹੋਣਗੇ। ਹਾਂਜੀ ਵਰਖਾਲ ਸਾਹਿਬ ਅਤੇ ਭਾਈ ਸਾਹਿਬ ਜੀ, ਇਹ ਜਿਹੜਾ ਕਰੋਨਾ ਦਾ ਕਰਕੇ ਪੰਜਾਬ ਦੇ ਮਾਹੌਲ ਆ, ਕੀ ਸਮਝਦੇ ਹੋ ਪਿੰਡਾਂ ਦਾ ਮਾਹੌਲ ਇਸ ਤਰ੍ਹਾਂ ਇਸ ਟਾਈਮ ਕਿੱਦਾਂ ਜੀ? ਪਿੰਡਾਂ ਦਾ ਇਸ ਤਰ੍ਹਾਂ ਜੀ, ਜੇ ਜਿਵੇਂ ਕਹਿ ਰਹੇ ਕਿ ਡੇਅਰੀਆਂ ਦਾ ਦੁੱਧ ਵਗੈਰਾ ਦਾ ਬੰਦ ਹੋਊਗਾ ਅਗਲੇ ਦਿਨਾਂ 'ਚ ਆਉਣ ਵਾਲਿਆਂ, ਬਹੁਤ ਮੰਦੀ ਆ ਜੇ ਕਿ ਹੁਣ ਜਿਹੜੇ ਪਿੰਡ ਦਾ ਮੰਨ ਲਓ ਵੀ ਹਰ ਮਹੀਨੇ ਕੋਈ 5 ਤੋਂ 7 ਲੱਖ ਦਾ ਪਿੰਡ ਦਾ ਦੁੱਧ 10 ਲੱਖ ਤੱਕ ਜਾਂਦਾ ਹੈ, ਉਹ ਸਾਰਾ ਸਿਸਟਮ ਹੀ ਖਰਾਬ ਹੋ ਜਾਣਾ ਜੀ ਉਹਦੇ ਨਾਲ। ਬਿਲਕੁਲ, ਕਿਉਂਕਿ ਕਈ ਘਰ ਹੀ ਉਸ ਦੁੱਧ ਤੋਂ ਚੱਲਦੇ ਆ, ਅੱਗੇ ਜਾ ਕੇ ਜਿੱਥੇ ਦੁੱਧ ਜਾਣਾ ਹੈ ਉੱਥੇ ਵੀ ਜਾ ਕੇ ਮੰਦੀ, ਤਾਂ ਜਦੋਂ ਸ਼ਹਿਰਾਂ 'ਚ ਉਸ ਚੀਜ਼ ਮਿਲਿਆ ਹੀ ਨਹੀਂ ਪੂਰਾ ਮੰਦੀ ਆਊਗੀ। ਬਿਲਕੁਲ, ਇਹ ਉਮੀਦ ਕਰਨੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਜਾਂ ਇੰਡੀਆ ਦੀ ਜਿਹੜੀ ਭਾਰਤ ਸਰਕਾਰ ਆ ਉਹ ਕਰੋਨਾ ਦਾ ਜਿਹੜੀ ਦਹਿਸ਼ਤ ਆ ਉਹਦਾ ਕੋਈ ਬਦਲ ਲੱਭ ਕੇ ਜਿਹਦੇ ਨਾਲ ਆਮ ਜਨਤਾ ਨੂੰ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਫਾਈਨੈਂਸ਼ੀਅਲੀ ਤੌਰ 'ਤੇ ਜਿਹੜੇ ਕਾਰੋਬਾਰ ਠੱਪ ਨਾ ਹੋਣ, ਕੋਈ ਇਹੋ ਜਿਹਾ ਪ੍ਰੋਜੈਕਟ ਜਿਹੜਾ ਸ਼ੁਰੂ ਕਰਨਾ ਚਾਹੀਦਾ ਕਰਨਾ ਚਾਹੀਦਾ ਹੈ ਕੋਈ ਪ੍ਰੋਜੈਕਟ ਇਹੋ ਜਿਹਾ ਕਿ ਜਿਹੜਾ ਜਿਹਦੇ ਨਾਲ ਕਿ ਇੱਕ ਲੋਕਾਂ 'ਚ ਡਰ ਜ਼ਿਆਦਾ ਬਣ ਗਿਆ ਜੀ। ਬਿਲਕੁਲ, ਡਰ ਬਣਨ ਕਰਕੇ ਨਿਊਜ਼ ਚੈਨਲਾਂ 'ਤੇ ਵੇਖ ਵੇਖ ਕੇ ਡਰ ਜ਼ਿਆਦਾ ਬਣਨ ਕਰਕੇ ਅਤੇ ਲੋਕ ਡਰ ਕੇ ਘਰੇ ਵੀ ਬੈਠ ਗਏ ਆ ਜੀ। ਬਿਲਕੁਲ, ਇਹਨਾਂ 'ਚ ਮਤਲਬ ਜਦੋਂ ਦੇਖ ਕੇ ਵੀ ਸ਼ਾਇਦ ਕਰੋਨਾ ਹੁਣ ਕੋਈ ਬੱਸ 'ਚ ਸਫ਼ਰ ਕਰ ਰਿਹਾ, ਅਗਲੇ ਨੂੰ ਡਰ ਆ ਵੀ ਸ਼ਾਇਦ ਇਸ ਸੀਟ 'ਤੇ ਕੋਈ ਪਹਿਲੋਂ ਕਰੋਨਾ ਵਾਲਾ ਨਾ ਬੈਠਾ ਹੋਵੇ, ਉਸ ਵਾਸਤੇ ਸਰਕਾਰ ਨੂੰ ਚਾਹੀਦਾ ਕੋਈ ਪੈਕੇਜ ਵਗੈਰਾ ਜਾਂ ਕੋਈ ਅਨਾਊਂਸ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ। ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਕਰੋਨਾ ਆਉਣ ਦੀ ਵਜ੍ਹਾ ਕਰਕੇ ਪੂਰਾ ਜਿਹੜਾ ਪੰਜਾਬ ਦੀ ਜਿਹੜੀ ਸਥਿਤੀ ਅੱਜ ਦੀ ਤਰੀਕ ਦੇ ਵਿੱਚ ਉਹ ਬਹੁਤ ਹੀ ਜਿਹੜੀ ਲੋਕ ਡਰੇ ਸਹਿਮੇ ਹੋਏ ਹਨ, ਅਤੇ ਪੰਜਾਬ ਸਰਕਾਰ ਨੇ ਜਿਹੜਾ ਹੁਣੇ ਹੁਣੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਿਹੜੀਆਂ ਸੂਬੇ ਦੇ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਜਿਹੜੀਆਂ ਬੱਸਾਂ ਚੱਲਦੀਆਂ ਜਾਂ ਆਟੋ ਰਿਕਸ਼ਾ ਵਗੈਰਾ ਚੱਲਦੇ ਉਹ ਕੱਲ੍ਹ ਤੋਂ 20 ਤਰੀਕ ਤੋਂ ਆਉਣ ਵਾਲੇ ਹੁਕਮਾਂ ਤੱਕ ਬੰਦ ਆ। ਸੋ ਅੱਜ ਅਸੀਂ ਫਿਰੋਜ਼ਪੁਰ ਸਰਦਾਰ ਸੁਖਵਿੰਦਰ ਸਿੰਘ ਜੀ ਵਰਕਰ ਮੈਨੇਜਰ ਜਿਹੜੇ ਆ ਉਹਨਾਂ ਦੇ ਵਿਚਾਰ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਤਿਆਰੀ ਆ ਜਾਂ ਕੀ ਸਰਕਾਰ ਦੇ ਹੁਕਮ। ਭਾਈ ਸਾਹਿਬ, ਕੀ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਹੁਣ ਇੱਕ ਅਨਾਊਂਸਮੈਂਟ ਕੀਤੀ ਆ ਕਿ ਕੱਲ੍ਹ ਤੋਂ ਜਿਹੜੀਆਂ ਬੱਸਾਂ ਅਤੇ ਆਟੋ ਵਗੈਰਾ ਬੰਦ ਕਰ ਦਿੱਤੇ ਆ, ਅਤੇ ਕਿਹੋ ਜਿਹਾ ਮਾਹੌਲ ਆ ਜੀ, ਕੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੋਗੇ? ਜੀ ਸਾਨੂੰ ਵੀ ਅੱਜ ਹੀ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਵੀ ਸਰਕਾਰ ਦੀਆਂ ਹਦਾਇਤਾਂ ਅਜੇ ਸਾਡੇ ਕੋਲ ਨੋਟੀਫਿਕੇਸ਼ਨ ਆਉਣਾ ਵੀ ਸ਼ਾਮ ਦੀ ਘਰ ਆ ਜੂਗਾ, ਅਤੇ ਜਿਵੇਂ ਸਰਕਾਰ ਹੁਕਮ ਕਰੂਗੀ ਸੋਸ਼ਲ ਮੀਡੀਆ ਮੁਤਾਬਕ ਵੀ ਕੱਲ੍ਹ ਰਾਤ 12 ਵਜੇ ਤੱਕ ਇਹੀ ਬੱਸਾਂ ਚੱਲਣੀਆਂ, ਉਸ ਤੋਂ ਬਾਅਦ ਬੱਸ ਰੂਟ ਚਲੀ ਜਾਊਗੀ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਰੋਨਾ ਦੇ ਵਾਇਰਸ ਕਰਕੇ ਟਰਾਂਸਪੋਰਟੇਸ਼ਨ ਦੇ ਵਿੱਚ ਪਬਲਿਕ ਦਾ ਆਉਣ ਜਾਣ ਵੀ ਇਹ ਰੋਕਥਾਮ ਲਈ ਜੋ ਇੰਸਟਰਕਸ਼ਨ ਆਪਾਂ ਨੂੰ ਦੇ ਰਹੀ ਆ ਆਪਾਂ ਉਹਨੂੰ ਫੋਲੋ ਕਰਦੇ ਪਏ ਹਾਂ।
ਇਸ ਤੋਂ ਪਹਿਲਾਂ ਵੀ ਸ਼ਨੀਵਾਰ ਤੋਂ ਹੀ ਬੱਸਾਂ 'ਚ ਸੈਨੇਟਾਈਜ਼ਿੰਗ ਸ਼ੁਰੂ ਕਰ ਦਿੱਤੀ ਸੀਗੀ, ਜਿਵੇਂ ਸਾਨੂੰ ਸਰਕਾਰ ਦੇ ਹੁਕਮ ਹੋਏ ਸੀ, ਜੀਐਮ ਸਾਹਿਬ ਦੇ ਇੰਸਟਰਕਸ਼ਨ ਹੋਈ ਸੀਗੀ, ਉਹਦੇ ਲਈ ਅਸੀਂ ਸਹੁਰਿਆਂ ਪ੍ਰੋਵਾਈਡ ਨਾਲ ਆਪਦੀਆਂ ਬੱਸਾਂ ਦੀ ਸਾਰੀ ਸੈਨੇਟਾਈਜ਼ਿੰਗ, ਅਤੇ ਜਿੱਥੇ ਜ਼ਿਆਦਾ ਪਬਲਿਕ ਦੇ ਹੱਥ ਲੱਗਦੇ ਆ ਪੋਲਸ ਵਗੈਰਾ ਜਾਂ ਸੀਟਾਂ ਵਗੈਰਾ 'ਤੇ, ਉਹਨਾਂ 'ਤੇ ਚੰਗੀ ਤਰ੍ਹਾਂ ਵਾਸ਼ ਹੋਣ ਤੋਂ ਬਾਅਦ ਸੈਨੇਟਾਈਜ਼ ਕਰਕੇ ਫਿਰ ਹੀ ਬੱਸ ਰੂਟ 'ਤੇ ਜਾ ਰਹੀ ਸੀਗੀ। ਪਰੰਤੂ ਹੁਣ ਜਿਵੇਂ ਆਪਾਂ ਜਾਣਦੇ ਹਾਂ ਕਿ ਅੱਜ ਵੀ ਪਤਾ ਲੱਗਾ ਮੀਡੀਆ ਥਰੂ ਵੀ ਚੰਡੀਗੜ੍ਹ ਇੱਕ ਪੋਜ਼ਿਟਿਵ ਪਾਇਆ ਗਿਆ ਕਰੋਨਾ ਦਾ, ਅਤੇ ਸਰਕਾਰ ਵੀ ਪਬਲਿਕ ਨੂੰ ਵੇਚਦੇ ਵੀ ਇਹਦੀ ਰੋਕਥਾਮ ਲਈ ਹੋਰ ਨਾ ਫੈਲੇ, ਵੀ ਬੱਸਾਂ ਬੰਦ ਕਰ ਰਹੀ ਹੈ ਅਤੇ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ ਜਿਵੇਂ ਸਰਕਾਰ ਦੇ ਹੁਕਮ ਹੋਣਗੇ। ਇਹਦੇ ਵਿੱਚ ਪਰੇਸ਼ਾਨੀ ਤਾਂ ਪਬਲਿਕ ਨੂੰ ਜ਼ਰੂਰ ਹੈ, ਪਰ ਪਬਲਿਕ ਦੀ ਸੇਫਟੀ ਵਾਸਤੇ ਹੀ ਅਸੀਂ ਇਹ ਸਾਰਾ ਕੁਛ ਕਰ ਰਹੇ ਹਾਂ। ਅਤੇ ਸੂਬੇ ਤੋਂ ਬਾਹਰ ਜਿਹੜੀਆਂ ਬੱਸਾਂ ਪਹਿਲਾਂ ਜਾ ਰਹੀਆਂ ਸੀ ਜਾਂ ਉਹ ਵੀ ਸੂਬੇ ਤੋਂ ਬਾਹਰ ਜਾ ਰਹੀਆਂ ਸੀ, ਪਰ ਅੱਜ ਸੂਬਾ ਤੋਂ 9 ਵਜੇ ਫੋਨ ਆਇਆ ਜੰਮੂ ਕਸ਼ਮੀਰ, ਸਾਡੀ ਬੱਸ ਇੱਕ ਗਈ ਸੀ ਜੰਮੂ ਵਾਲੀ, ਉਹਨਾਂ ਨੇ ਐਂਟਰੀ ਬੈਰ ਕਰਦੀ ਸੀਗੀ, ਅਤੇ ਉਹ ਸਾਡੀ ਲਖਨਪੁਰ ਬੈਰੀਅਰ ਤੋਂ ਟੀ ਐਮ ਸਾਹਿਬ ਦੇ ਦਸਤ ਮੁਤਾਬਕ ਤੋਂ ਬੱਸ ਵਾਪਸ ਆ ਰਹੀ ਹੈ। ਅਤੇ ਮੈਂ ਵੀ ਸ਼ਾਇਦ ਕੱਲ੍ਹ ਤੋਂ ਸਾਡੀਆਂ ਵੀ ਬੱਸਾਂ ਡੀਪੂ ਦੇ ਵਿੱਚ ਸਾਰੀਆਂ ਆਪਣੇ ਰੂਟ ਤੋਂ ਵਾਪਸ ਆ ਜਾਣਗੀਆਂ। ਸੋ ਇਹ ਕਦੋਂ ਤੱਕ ਲੱਗਦਾ ਕਿ ਜਿਹੜੀ ਪਾਬੰਦੀ ਲਾਈ ਗਈ ਆ ਇਹ ਕਦੋਂ ਤੱਕ? ਐਸ ਪਾਸ ਇੰਸਟਰਕਸ਼ਨ ਹੈ ਜੀ, ਜਿਵੇਂ ਗੌਰਮੈਂਟ ਹਦਾਇਤਾਂ ਕਰੂਗੀ ਉਹਦੇ ਅਕੋਰਡਿੰਗ, ਹਜੇ ਆਪਣੇ ਹੁਕਮਾਂ ਦੀ ਕਰਾਂ ਅਤੇ ਜਿਵੇਂ ਸਰਕਾਰ ਦੇ ਦਿਸ਼ਾ ਨਿਰਦੇਸ਼ ਹੋਣਗੇ ਉਹਦੇ ਅਕੋਰਡਿੰਗ। ਸਵਾ ਤਿੰਨ ਬਹੁਤ ਧੰਨਵਾਦ। ਸਵਾ ਤਿੰਨ